ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਮੈਨੇਜਮੈਂਟ ਕਮੇਟੀ ਵੱਲੋਂ ਜਗਦੀਸ਼ ਨਗਰ ਦੁੱਗਰੀ ਸਥਿਤ ਗੁਰਦੁਆਰਾ ਭਾਈ ਦਇਆ ਸਿੰਘ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਲਈ ਸੋਹਾਣਾ ਹਸਪਤਾਲ ਬ੍ਰਾਂਚ ਲੁਧਿਆਣਾ ਦੀ ਟੀਮ ਵਿਸ਼ੇਸ਼ ਤੌਰ 'ਤੇ ਪੁੱਜੀ। ਵੱਡੀ ਗਿਣਤੀ ਵਿੱਚ ਪੁੱਜੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਹਨਾਂ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਕਈ ਮਰੀਜ਼ਾਂ ਨੂੰ ਘੱਟ ਪਾ ਤੇ ਆਪਰੇਸ਼ਨ ਕਰਨ ਲਈ ਹਸਪਤਾਲ ਲਈ ਰੈਫਰ ਕੀਤਾ ਗਿਆ। ਇਸ ਮੌਕੇ ਕੈਪਟਨ ਮਲਕੀਤ ਸਿੰਘ, ਜਤਿੰਦਰਪਾਲ ਸਿੰਘ, ਕੈਪਟਨ ਪ੍ਰੀਤਮ ਸਿੰਘ, ਬਲਬੀਰ ਸਿੰਘ, ਤਰਲੋਚਨ ਸਿੰਘ, ਸੋਹਣ ਸਿੰਘ, ਕੁਲਵੰਤ ਸਿੰਘ ਅਤੇ ਮਾਸਟਰ ਸੁਖਦਰਸ਼ਨ ਸਿੰਘ ਵੀ ਹਾਜ਼ਰ ਸਨ। ਜੀ, ਮੈਂ ਰਵੇਲ ਸਿੰਘ ਅਠਵਾਲ, ਆਪਣੇ ਬਲਬੀਰ ਸਿੰਘ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ, ਕੈਪਟਨ ਮਲਕੀਤ ਸਿੰਘ ਵਾਲੀਆ ਸਾਹਿਬ, ਇਹਨਾਂ ਦਾ ਬਹੁਤ ਪ੍ਰਬੰਧ ਵਧੀਆ ਹੈ। ਹਰ ਸਮਝ ਲਓ ਵੀ ਆਦਮੀ ਦੀ ਸਮਝ ਲਓ ਨਿਗਾਹ ਚੈੱਕ ਕਰਕੇ ਮਸ਼ੀਨ ਦੇ ਰਾਹੀਂ ਇਹਨਾਂ ਐਨਕਾਂ ਵੀ ਦਿੱਤੀਆਂ ਹੈਗੀਆਂ ਨੇ, ਦਾਰੂ ਪਾਉਣ ਵਾਲੇ ਨੂੰ ਪਾਉਣ ਵਾਸਤੇ ਦਿੱਤਾ ਹੈਗਾ। ਹਾਂਜੀ, ਜਿਨ੍ਹਾਂ ਦਾ ਕੋਈ ਜ਼ਿਆਦਾ ਸਮਝ ਲਓ ਵੀ ਅੱਖ ਬਣਨ ਵਾਲੀ ਆ, ਉਹ ਇਹਨਾਂ ਨੂੰ ਫਰੀ ਆਪਣੇ ਸਮਝ ਲਓ ਵੀ ਹਸਪਤਾਲ ਬੁਲਾ ਕੇ ਇਹਨਾਂ ਦਾ ਬੰਦੋਬਸਤ ਲਿਜਾਣ ਕਰਨ ਦਾ ਸਾਰਾ ਇਹਨਾਂ ਦਾ ਪ੍ਰਬੰਧ ਹੈਗਾ ਜੀ। ਬਲਵੀਰ ਸਿੰਘ ਫੌਜੀ ਜੋ ਮੁੱਖ ਸੇਵਾਦਾਰ ਗੁਰਦੁਆਰਾ ਜੀ ਦੇ, ਉਹਨਾਂ ਵੱਲੋਂ ਅਤੇ ਕੈਪਟਨ ਵਾਲੀਆ ਜੀ ਦੇ ਵੱਲੋਂ ਜੋ ਕਿ ਇੱਥੇ ਕੈਂਪ ਲਗਾਇਆ ਗਿਆ ਵਾ, ਬੜਾ ਵਧੀਆ ਸਟਾਫ ਨੇ ਚੈੱਕ ਕੀਤਾ ਵਾ। ਡਾਕਟਰ ਸਾਹਿਬ ਦਾ ਬਹੁਤ ਸੰਯੋਗ ਸੀ ਇਸ ਕੈਂਪ ਦੇ ਵਿੱਚ, ਗੁਰਦੁਆਰੇ ਦੀ ਟੀਮ ਵੱਲੋਂ ਵੀ ਬਹੁਤ ਵਧੀਆ ਸੰਯੋਗ ਮਿਲਿਆ ਵਾ। ਇਸ ਤਰ੍ਹਾਂ ਦੇ ਕੈਂਪ ਹਰ ਇੱਕ ਗਲੀ ਮੁਹੱਲੇ ਵਿੱਚ ਲੱਗਣੇ ਚਾਹੀਦੇ ਨੇ, ਇੱਕ ਅੱਧਾ ਦਿਨ ਛੱਡ ਕੇ। ਇਸੇ ਤਰ੍ਹਾਂ ਦੇ ਕੈਂਪ ਦੇ ਵਿੱਚ ਮੈਂ ਵੀ ਆਪਣੀ ਅੱਖਾਂ ਚੈੱਕ ਕਰਾਈਆਂ ਨੇ, ਜਾਣੀ ਕਿ ਹੋਰ ਵੀ ਘੱਟ ਤੋਂ ਘੱਟ 300-400 ਦੇ ਕਰੀਬ ਲੋਕ ਆਏ ਨੇ ਜਿਨ੍ਹਾਂ ਨੇ ਇੱਥੇ ਆਪਣੀਆਂ ਅੱਖਾਂ ਚੈੱਕ ਕਰਾਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵੀਰ ਸਿੰਘ ਫੌਜੀ, ਮੁੱਖ ਸੇਵਾਦਾਰ ਭਾਈ ਦਇਆ ਸਿੰਘ ਗੁਰਦੁਆਰੇ ਦਾ। ਅੱਜ ਅਸੀਂ ਅੱਖਾਂ ਦਾ ਚੈੱਕਅਪ ਕੈਂਪ ਲਵਾਇਆ। ਕੈਂਪ ਦਾ ਸਟਾਫ ਬਹੁਤ ਵਧੀਆ ਅਤੇ ਬਹੁਤ ਸੋਹਣਾ, ਸਮੁੱਚੀ ਟੀਮ, ਸਾਡੇ ਵੀ ਪ੍ਰਬੰਧਕ ਕਮੇਟੀ ਦੇ ਬਹੁਤ ਸਰਦਾਰ ਤਰਲੋਚਨ ਸਿੰਘ ਖਾਲਸਾ, ਸ਼ਮਸ਼ੇਰ ਸਿੰਘ ਸਿੱਧੂ, ਗੁਰਮੀਤ ਸਿੰਘ ਵਾਲ ਬਿਰਦੀ ਨਾਲ ਸਾਡੇ ਵਾਲੀਆ ਸਾਹਿਬ, ਬਹੁਤ ਸਮੁੱਚੀ ਟੀਮ ਨੇ ਬਹੁਤ ਸਹਿਯੋਗ ਦਿੱਤਾ ਅਤੇ ਇਹਨਾਂ ਦਾ ਬਹੁਤ ਪ੍ਰਬੰਧ ਹੈ। ਹਰ ਇੱਕ ਡਾਕਟਰ ਚੈੱਕਅਪ ਕਰਦੇ, ਨਾਲ ਦਵਾਈ ਦਿੰਦੇ ਨੇ, ਐਨਕਾਂ ਲਾਉਂਦੇ ਨੇ। ਕੋਈ ਘੱਟ ਤੋਂ ਘੱਟ ਵੀ ਮੇਰੇ ਖਿਆਲ 500-600 ਅੱਜ ਮਰੀਜ਼ ਆਇਆ ਜਿਹਨਾਂ ਚੈੱਕਅਪ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਕੈਂਪ ਗੁਰਦੁਆਰਾ ਭਾਈ ਦਇਆ ਸਿੰਘ ਦੀ ਕਮੇਟੀ ਵੱਲੋਂ ਔਰ ਬਾਲੀਆ ਸਾਹਿਬ ਜੀ ਵੱਲੋਂ ਬਹੁਤ ਉਪਰਾਲਾ ਹੈ, ਔਰ ਜੋ ਮਾਨਵਤਾ ਦੀ ਸੇਵਾ ਲਈ ਅੱਖਾਂ ਦਾ ਕੈਂਪ ਔਰ ਦੰਦਾਂ ਦਾ ਵੀ ਚੈੱਕਅਪ ਹੋਇਆ। ਮੈਂ ਕੈਪਟਨ ਮਲਕੀਤ ਸਿੰਘ ਵਾਲੀਆ, ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਮੈਨੇਜਮੈਂਟ ਕਮੇਟੀ ਦੀ ਤਰਫੋਂ ਗੁਰਦੁਆਰਾ ਭਾਈ ਦਇਆ ਸਿੰਘ ਦੇ ਮੁੱਖ ਸੰਚਾਲਕ ਪ੍ਰਧਾਨ ਬਲਵੀਰ ਸਿੰਘ ਜੀ ਔਰ ਜਨਰਲ ਸਕੱਤਰ ਸਰਦਾਰ ਤਰਲੋਚਨ ਸਿੰਘ, ਉਹਨਾਂ ਦੇ ਬੜੇ ਸਹਿਯੋਗ ਦੇ ਨਾਲ ਅੱਜ ਭਾਈ ਦਇਆ ਸਿੰਘ ਦੇ ਗੁਰਦੁਆਰੇ ਵਿੱਚ ਅੱਖਾਂ ਦਾ ਫਰੀ ਕੈਂਪ ਲਾਇਆ। ਪੰਜਾਬ ਦੇ ਬਹੁਤ ਹੀ ਪ੍ਰਸਿੱਧ ਡਾਕਟਰ ਸੋਹਾਣਾ ਹਸਪਤਾਲ ਤੋਂ ਸਾਡੇ ਵਿੱਚ ਮੌਜੂਦ ਨੇ। ਮੈਂ ਡਾਕਟਰ ਪ੍ਰਗਿਆ ਸ਼ਰਮਾ ਜੀ, ਜਿਨ੍ਹਾਂ ਨੇ ਆਪਣੇ ਸਟਾਫ ਦੇ ਨਾਲ ਲੈ ਕੇ ਪੂਰੇ ਦਿਲਚਸਪੀ ਦੇ ਨਾਲ ਸਾਡੇ ਇਲਾਕੇ ਦੇ ਜੋ ਪੇਸ਼ੈਂਟ ਸੀ, ਮਰੀਜ਼ ਸੀਗੇ, ਉਹਨਾਂ ਨੂੰ ਬੜੇ ਪਿਆਰ ਦੇ ਨਾਲ ਅਤੇ ਸ਼ਰਧਾ ਦੇ ਨਾਲ ਦੇਖਿਆ ਔਰ ਫਰੀ ਦਵਾਈਆਂ ਦਿੱਤੀਆਂ ਗਈਆਂ, ਔਰ ਕਈ ਬੰਦਿਆਂ ਨੂੰ ਜਿਨ੍ਹਾਂ ਦਾ ਆਪਰੇਸ਼ਨ ਹੋਣ ਵਾਲਾ ਸੀਗਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਆਉਣ ਦੀ ਸਲਾਹ ਦਿੱਤੀ ਔਰ ਉਹਨਾਂ ਦਾ ਫਰੀ ਟ੍ਰੀਟਮੈਂਟ ਕਰਨ ਵਾਸਤੇ ਵੀ ਉਹਨਾਂ ਨੂੰ ਕਿਹਾ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਕੋਲ ਆਉਣ ਜਾਣ ਦੀ ਵਿਵਸਥਾ ਨਹੀਂ ਹੈ ਤਾਂ ਅਸੀਂ ਆਉਣ ਜਾਣ ਦੀ ਵਿਵਸਥਾ ਆਪ ਪ੍ਰੋਵਾਈਡ ਕਰਾਂਗੇ। ਅਤੇ ਸਾਨੂੰ ਉਹਨਾਂ ਨੇ ਆਪਣਾ ਹਰੇਕ ਨੂੰ ਫੋਨ ਨੰਬਰ ਦਿੱਤਾ। ਮੈਂ ਡਾਕਟਰ ਸਾਹਿਬ ਦਾ ਔਰ ਉਹਨਾਂ ਦੇ ਸਟਾਫ ਦਾ ਪੂਰਾ ਦਿਨੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਵਾਸਤੇ ਟਾਈਮ ਕੱਢ ਕੇ ਔਰ ਸਾਡੇ ਇਲਾਕੇ ਦੇ ਲਾਕਾਂ ਨਿਵਾਸੀਆਂ ਦੀ ਸੇਵਾ ਕੀਤੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।